ਨਵੀਂ ਸਰਕਾਰ ਬਣਾਉਣ ਦੀ ਕਵਾਇਦ ਤੇ ਕੱਲ ਸਵੇਰੇ 11 ਵਜੇ ਹੋਵੇਗੀ ਐਨਡੀਏ ਸੰਸਦੀ ਦਲ ਦੀ ਬੈਠਕ। ਨਰਿੰਦਰ ਮੋਦੀ ਨੂੰ ਚੁਣਿਆ ਜਾਵੇਗਾ ਨੇਤਾ। 9 ਜੂਨ ਨੂੰ ਹੋ ਸਕਦਾ ਹੈ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ। ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਬੀਜੇਪੀ ਪ੍ਰਧਾਨ ਜੇਪੀ ਨੱਡਾ ਦੇ ਘਰ ਹੋ ਰਹੀ ਵੱਡੀ ਬੈਠਕ। ਅਮਿਤ ਸ਼ਾਹ, ਰਾਜਨਾਥ ਸਿੰਘ ਸਮੇਤ ਪਾਰਟੀ ਦੇ ਵੱਡੇ ਲੀਡਰ ਸ਼ਾਮਲ। ਸਹਿਯੋਗੀਆਂ ਦੀ ਭੂਮਿਕਾ ਨੂੰ ਲੈ ਕੇ ਬਣਾਈ ਜਾ ਰਹੀ ਰਣਨੀਤੀ। ਐਨਡੀਏ ਦੇ ਸਹਿਯੋਗੀ ਨਿਤੀਸ਼ ਕੁਮਾਰ ਦੀ ਰੇਲ ਮੰਤਰਾਲੇ ਤੇ ਨਜ਼ਰ। ਸੂਤਰਾਂ ਮੁਤਾਬਕ ਜੇਡੀਯੂ ਨੇ ਮੰਗਿਆ ਰੇਲ, ਖੇਤੀ ਅਤੇ ਵਿੱਤ ਵਿਭਾਗ। ਸ਼ਿੰਦੇ ਵੱਲੋਂ ਦੋ ਮੰਤਰਾਲਿਆਂ ਦੀ ਡਿਮਾਂਡ ਦੀ ਖਬਰ। ਚਿਰਾਗ ਅਤੇ ਮਾਂਝੀ ਨੂੰ ਵੀ ਮਿਲ ਸਕਦਾ ਹੈ ਇੱਕ ਇੱਕ ਮੰਤਰਾਲਾ। ਸ਼ਿਵ ਸੈਨਾ ਉਧਵ ਦੇ ਲੀਡਰ ਸੰਜੇ ਰਾਊਤ ਦਾ ਵੱਡਾ ਦਾਅਵਾ। ਬੋਲੇ, ਮੈਂ ਵਾਰ ਵਾਰ ਕਹਿ ਰਿਹਾ ਮੋਦੀ ਜੀ ਦੀ ਸਰਕਾਰ ਨਹੀਂ ਬਣੇਗੀ, ਜੇ ਬਣ ਵੀ ਗਈ ਤਾਂ ਜ਼ਿਆਦਾ ਨਹੀਂ ਚੱਲੇਗੀ। ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਮੰਗ। ਕਈ ਕਾਂਗਰਸੀਆਂ ਨੇ ਹਾਈਕਮਾਨ ਅੱਗੇ ਰੱਖੀ ਡਿਮਾਂਡ, ਜਲਦ ਹੀ ਹੋਵੇਗੀ ਕਾਂਗਰਸ ਸੰਸਦੀ ਦਲ ਦੀ ਬੈਠਕ। ਫਰੀਦਕੋਟ ਤੋਂ ਚੋਣ ਜਿੱਤੇ ਸਰਬਜੀਤ ਸਿੰਘ। ਖਾਲਸਾ ਦੀ ਇੰਡੀਆ ਗੱਠਜੋੜ ਤੇ ਦੋ ਟੁੱਕ। ਸਮਰਥਨ ਦੇਣ ਦੇ ਸਵਾਲ ਤੇ ਬੋਲੇ, ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਾਉਣ ਵਾਲਿਆਂ ਦਾ ਕਦੇ ਵੀ ਨਹੀਂ ਦੇਵਾਂਗਾ ਸਾਥ। ਲੋਕ ਸਭਾ ਨਤੀਜਿਆਂ ਤੋਂ ਬਾਅਦ ਪੰਜਾਬ 'ਚ ਆਤਮ ਮੰਥਨ ਕਰੇਗੀ ਆਪ। ਸੀਐਮ ਮਾਨ ਨੇ ਸਾਰੇ ਲੋਕ ਸਭਾ ਹਲਕਿਆਂ ਬਾਰੇ ਮੰਗੀ ਡਿਟੇਲ। ਪਾਰਟੀ ਦੇ 3 ਜੇਤੂ ਸਾਂਸਦਾਂ ਨਾਲ ਵੀ ਕਰਨਗੇ ਚਰਚਾ। ਦਿੱਲੀ 'ਚ ਪਾਣੀ ਦੀ ਕਿੱਲਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਦੇਸ਼। ਹਿਮਾਚਲ ਸਰਕਾਰ ਨੂੰ ਯਮੁਨਾ 'ਚ 137 ਕਿਊਸਿਕ ਪਾਣੀ ਛੱਡਣ ਲਈ ਕਿਹਾ। ਹਰਿਆਣਾ ਨੂੰ ਵੀ ਸਹਿਯੋਗ ਕਰਨ ਦਾ ਨਿਰਦੇਸ਼। ਡੇਰਾਬਸੀ ਦੇ ਇੱਕ ਘਰ 'ਚ ਲੱਗੇ ਏਸੀ 'ਚ ਹੋਇਆ ਬਲਾਸਟ। ਧਮਾਕੇ ਕਾਰਨ ਘਰ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਰਿਹਾ ਬਚਾ। ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਵੱਡੀ ਖਬਰ ਨਾਲ ਸ਼ੁਰੂਆਤ ਕਰਦੇ ਹਾਂ। ਫਰੀਦਕੋਟ ਤੋਂ ਆਜ਼ਾਦ ਚੋਣ ਜਿੱਤੇ ਸਰਬਜੀਤ ਸਿੰਘ ਖਾਲਸਾ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਕੇਂਦਰ 'ਚ ਸਰਕਾਰ ਬਣਾਉਣ ਲਈ ਸਮਰਥਨ ਦੇਣ ਤੇ ਉਹਨਾਂ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹਮਲੇ ਦੇ ਦੋਸ਼ੀਆਂ ਨਾਲ ਉਹ ਨਹੀਂ ਜਾ ਸਕਦੇ ਤੇ ਫਰੀਦਕੋਟ ਦੇ ਲੋਕਾਂ ਦੀ ਰਾਏ ਨਾਲ ਹੀ ਸਮਰਥਨ ਦਾ ਫੈਸਲਾ ਲਵਾਂਗਾ। ਦੱਸੀਏ ਕਿ ਸਰਬਜੀਤ ਸਿੰਘ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਨ ਤੇ ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਸੰਸਦ 'ਚ ਬੇਅਦਬੀ ਤੇ ਕਾਨੂੰਨ ਬਣਾਉਣ ਲਈ ਆਵਾਜ਼ ਚੁੱਕਾਂਗਾ ਅਤੇ ਬੇਅਦਬੀ ਕਰਨ ਵਾਲਿਆਂ ਤੇ 302 ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਨਾਲ ਹੀ ਬੰਦੀ ਸਿੱਖਾਂ ਦੀ ਰਿਹਾਈ ਵੀ ਮੇਰਾ ਮੁੱਖ ਮੁੱਦਾ ਰਹੇਗਾ। ਤਾਂ ਸਰਬਜੀਤ ਸਿੰਘ ਖਾਲਸਾ ਘੱਲੂਘਾਰਾ ਦਿਵਸ ਦੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਇਸ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆਖਿਰ ਹੁਣ ਇੰਡੀਆ ਅਲਾਇੰਸ ਜਾਂ ਐਨਡੀਏ ਦੇ ਵਿੱਚੋਂ ਉਹ ਕਿਸ ਦਾ ਸਾਥ ਦੇਣਗੇ ਕੇਂਦਰ 'ਚ ਸਰਕਾਰ ਬਣਾਉਣ ਲਈ, ਜਿਸ ਤੋਂ ਬਾਅਦ ਉਹਨਾਂ ਕਿਹਾ ਕਿ ਸ੍ਰੀ ਅਕਾਲ ਸਾਹਿਬ ਤੇ ਹਮਲੇ ਦੇ ਦੋਸ਼ੀਆਂ ਦੇ ਨਾਲ ਉਹ ਕਦੇ ਵੀ ਨਹੀਂ ਜਾ ਸਕਦੇ ਤੇ ਨਾਲ ਹੀ ਉਹਨਾਂ ਕਿਹਾ ਕਿ ਫਰੀਦਕੋਟ ਦੇ ਲੋਕਾਂ ਦੀ ਰਾਏ ਦੇ ਨਾਲ ਹੀ ਸਮਰਥਨ ਦੇਣ ਤੇ ਉਹ ਫੈਸਲਾ ਲੈਣਗੇ ਆਪਣੇ ਮੁੱਖ ਕੰਮਾਂ ਦੇ ਵਿੱਚ। ਉਹਨਾਂ ਕਿਹਾ ਕਿ ਸੰਸਦ 'ਚ ਬੇਅਦਬੀ ਤੇ ਕਾਨੂੰਨ ਬਣਾਉਣ ਲਈ ਆਵਾਜ਼ ਚੁੱਕਾਂਗਾ। ਬੇਅਦਬੀ ਕਰਨ ਵਾਲਿਆਂ ਤੇ 302 ਦਾ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਨਾਲ ਹੀ ਬੰਦੀ ਸਿੱਖਾਂ ਦੀ ਰਿਹਾਈ ਵੀ ਕਿਹਾ ਉਹਨਾਂ ਨੇ ਕਿ ਮੇਰਾ ਮੁੱਖ ਮੁੱਦਾ ਰਹੇਗਾ।
ਮੈਂ ਸਿੱਖ ਕੌਮ ਨੂੰ ਇੱਕ ਅਪੀਲ ਕਰਨੀ ਚਾਹੂੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਂਦੇ ਆ ਬਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣ ਅਮਰ ਛਕਣ। ਇਹ ਜਿੱਦਾਂ ਤੁਹਾਨੂੰ ਵੱਡੀ ਲੀਡ ਨਾਲ ਤੁਸੀਂ ਜਿੱਤ ਹਾਸਲ ਕੀਤੀ ਹੈ ਭਾਈ ਅੰਮ੍ਰਿਤਪਾਲ ਹੋਰਾਂ ਨੇ ਕੀਤੀ ਹੈ, ਤੁਹਾਨੂੰ ਲੱਗਦਾ ਕਿ ਪੰਜਾਬ ਫਿਰ ਤੋਂ ਰਿਵਾਈਵ ਹੋ ਰਿਹਾ, ਫਿਰ ਕਿਤੇ ਨਾ ਕਿਤੇ ਸਾਡੇ ਨੌਜਵਾਨ ਜਿਹੜੇ ਨੇ ਉਹ ਖਾਲਸਾ ਰਾਜ ਵੱਲ ਵਾਪਸੀ ਕਰ ਰਹੇ ਹਨ? ਅਸਲ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਨੂੰ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜਿਹਦੇ ਜਿਹਨੂੰ ਵੋਟਾਂ ਪਾਉਣ ਜਿਹਦੇ ਨਾਲ ਚੱਲਣ। ਹੁਣ ਅਸੀਂ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਇਸ ਕੌਮ ਨੇ ਯੂਥ ਨੇ, ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਹਾਂ ਅਤੇ ਮਹਾਰਾਜ ਤੋਂ ਆਸ਼ੀਰਵਾਦ ਲੈਣ ਆਏ ਹਾਂ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ। ਪਹਿਲ ਤਾਂ ਮੈਂ ਦਊਂਗਾ ਜੀ ਬਈ ਜਿਹੜੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਜੀ, ਬਈ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਹੈ ਜੀ ਜੀ ਜੀ। ਨਸ਼ੇ ਨਾਲ ਕਾਫੀ ਨੌਜਵਾਨ ਮਰ ਰਹੇ ਹਨ ਹਾਲੇ ਵੀ ਨਸ਼ੇ ਦੀ ਜਿਹੜੀ ਬੰਦੀ ਨਸ਼ਿਆਂ ਦਾ ਵੀ ਬੰਦੀ ਸਿੰਘ ਜਿਹੜੇ 20-30 ਸਾਲ ਹੋ ਗਏ ਉੱਪਰ 30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਹੀ ਹੈ, ਸਜ਼ਾਵਾਂ ਵੀ ਉੱਪਰ ਹੋ ਗਈਆਂ, ਡਬਲ ਸਜ਼ਾਵਾਂ ਕੱਟ ਲਈਆਂ, ਉਹਨਾਂ ਨੂੰ ਤਾਂ ਮਤਲਬ ਰਿਹਾਈ ਤਾਂ ਬਣਦੀ ਹੈ ਨਾ ਕਰਨੀ, ਇਹ ਤਾਂ ਧੱਕਾ ਹੈ। ਖਾਲਸਾ ਜੀ ਲਾਸਟ ਸਵਾਲ ਇਹ ਹੈ, ਮੇਰੇ ਸਾਰੇ ਸਹਿਯੋਗੀ ਇੱਥੇ ਖੜੇ ਨੇ, ਸਾਰੀ ਸਿੱਖ ਕੌਮ ਵੀ ਇੱਥੇ ਖੜੀ ਹੈ, ਲਾਸਟ ਸਵਾਲ ਇਹ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋਤਾਣ ਚੱਲ ਰਹੀ ਹੈ, ਕਦੀ ਮੋਦੀ ਸਾਹਿਬ ਕਹਿੰਦੇ ਸਾਡੀ NDA, ਕਦੀ ਇੰਡੀਆ ਅਲਾਇੰਸ, 18 ਅਦਰ ਹੋਰ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ, ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਅਲਾਇੰਸ ਜਿਹੜਾ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣਾਉਣੀ ਹੈ, ਤੁਸੀਂ ਕਿਹਨੂੰ ਸਮਰਥਨ ਦਿਓਗੇ, ਕਿਹਦੀ ਸਪੋਰਟ ਦਿਓਗੇ? ਕਿਉਂਕਿ ਕਾਂਗਰਸ ਨੇ ਹਮਲਾ ਕੀਤਾ ਸੀਗਾ ਸ਼੍ਰੀ ਕਾਂਗਰਸ ਬਈ ਮੇਰੇ ਕੋਲੇ ਸਾਰਾ ਕੁਛ ਹੀ ਆ ਲਿਆ ਹੈ, ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਊਂਗਾ, ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਹੈ, ਬਹੁਤ ਕੁਛ ਦੇ ਰਹੇ ਹੈ, ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ, ਬਹੁਤ ਆਫਰਾਂ ਆਈਆਂ ਹੈ, ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰ, ਜੋ ਕਹੂਗੀ ਹਮਲਾ ਕਰਾਇਆ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ, ਅਸੀਂ ਉਹਨਾਂ ਦੇ ਨਾਲ ਕਦੀ ਵੀ ਨਹੀਂ ਕਰ ਸਕਦੇ, ਉਹ ਤਾਂ ਹੈ ਹੀ ਹੈ ਜੀ, ਸਾਡੇ ਫਾਦਰ ਸਾਹਿਬ ਨੇ ਉਸੇ ਦਾ ਹੀ ਤਾਂ ਬਦਲਾ ਲਿੱਤਾ ਹੈ। ਹੁਣ ਇੱਕ ਗੱਲ ਦੇਖੋ ਨਾ, ਜਿਹੜਾ ਜਿਹਨਾਂ ਅਕਾਲ ਤਖਤ ਸਾਹਿਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਛ ਕੁਰਬਾਨ ਕਰਤਾ, ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਕੁਰਬਾਨ ਕਰਤੇ, ਤੇ ਅਸੀਂ ਉਹਨਾਂ ਦਾ ਸਮਰਥਨ ਕਿਵੇਂ ਕਰ ਸਕਦੇ? ਦੇਖੋ
ਪਹਿਲਾਂ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲਏ ਕਲਾਕਾਰ, ਇਹਨਾਂ ਨੂੰ ਕੁਛ ਨਹੀਂ ਮਿਲਿਆ। ਇਹਨਾਂ ਕੋਲ ਮਨੋਪਲੀ ਕੁਛ ਨਹੀਂ ਹੈ, ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ। 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਦੇਣੀ ਦੇਣੀ ਹੈ। ਜਿਹੜੇ ਬੰਦੇ ਇੱਕ ਮਹੀਨੇ ਦਾ 10-10 ਲੱਖ ਰੁਪਈਆ ਕਮਾਉਂਦੇ ਉਹਨੂੰ ਵੀ 600 ਯੂਨਿਟ ਫ੍ਰੀ ਦੇਈ ਜਾਂਦੇ ਆ, ਕੋਈ ਸਿਸਟਮ ਹੀ ਨਹੀਂ ਹੈ। ਸਰਬਜੀਤ ਸਿੰਘ ਖਾਲਸਾ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ, ਜਿੱਥੇ ਉਹਨਾਂ ਨੇ ਕਿਹਾ ਕਿ ਉਹ ਇੰਡੀਆ ਅਲਾਇੰਸ ਦੇ ਨਾਲ ਨਹੀਂ ਜਾ ਸਕਦੇ, ਉਸ ਪਾਰਟੀ ਨਾਲ ਨਹੀਂ ਜਾ ਸਕਦੇ ਜਿਸ ਨੇ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਾਇਆ ਹੋਵੇ। ਦੂਜੇ ਪਾਸੇ JDU ਦਾ ਬਿਆਨ ਆਇਆ ਕਿ ਅਗਨੀਵੀਰ ਯੋਜਨਾ ਦੇ ਅਸੀਂ ਪੱਖ 'ਚ ਨਹੀਂ ਹਾਂ। ਉਹਨਾਂ ਅਗਨੀਵੀਰ ਯੋਜਨਾ ਦਾ ਕਿਹਾ ਹੈ ਕਿ ਅਸੀਂ ਪਹਿਲਾਂ ਵੀ ਵਿਰੋਧ ਕੀਤਾ ਸੀ ਅਤੇ ਇਸ ਯੋਜਨਾ 'ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ। ਦੱਸ ਦਈਏ ਕਿ UCC ਜਾਣੀ ਕਿ ਯੂਨੀਫਾਰਮ ਸਿਵਲ ਕੋਡ 'ਤੇ ਵੀ ਉਹਨਾਂ ਆਪਣਾ ਸਟੈਂਡ ਸਪਸ਼ਟ ਕੀਤਾ ਹੈ ਕਿ UCC 'ਤੇ ਸਾਰੇ ਸੂਬਿਆਂ ਦੇ ਨਾਲ ਚਰਚਾ ਹੋਣੀ ਚਾਹੀਦੀ ਹੈ ਅਤੇ ਸੂਬਿਆਂ ਦੇ ਵਿਚਾਰਾਂ ਨੂੰ ਸਮਝਣ ਦੀ ਲੋੜ ਹੈ। ਤਾਂ ਅਗਨੀਵੀਰ ਯੋਜਨਾ, ਦੱਸਦੀ ਹੈ ਕਿ BJP ਸਰਕਾਰ ਦੇ ਵੱਲੋਂ, ਪਿਛਲੀ ਸਰਕਾਰ ਦੇ ਵੱਲੋਂ ਅਗਨੀਵੀਰ ਯੋਜਨਾ ਲਿਆਂਦੀ ਗਈ ਸੀ, ਪਰ ਹੁਣ ਤੀਜੀ ਵਾਰ ਸਰਕਾਰ ਬਣਨ ਤੋਂ ਪਹਿਲਾਂ ਜੋ JDU ਹੈ, ਜਨਤਾ ਦਲ ਯੂਨਾਈਟਿਡ ਹੈ, ਉਹਨਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਇੱਕ ਤਾਂ UCC ਅਤੇ ਦੂਜਾ ਅਗਨੀਵੀਰ ਯੋਜਨਾ, ਇਹਨਾਂ 'ਤੇ ਮੁੜ ਵਿਚਾਰ ਦੀ ਜ਼ਰੂਰਤ ਹੈ। ਦੱਸ ਦਈਏ ਕਿ ਸਹਿਯੋਗੀ ਦਲ ਹੈ ਜਨਤਾ ਦਲ ਯੂਨਾਈਟਿਡ, ਨਿਤੀਸ਼ ਕੁਮਾਰ ਜਿਨ੍ਹਾਂ ਦੇ ਕੋਲ 12 ਸਾਂਸਦ ਨੇ, ਅਤੇ ਉਹਨਾਂ ਦੇ ਵੱਲੋਂ, ਉਹਨਾਂ ਦੀ ਪਾਰਟੀ ਦੇ ਵੱਲੋਂ ਇਹ ਆਪਣਾ ਜਿਹੜਾ ਸਟੈਂਡ ਹੈ ਉਹ ਸਪਸ਼ਟ ਕੀਤਾ ਗਿਆ। ਅਗਨੀਵੀਰ 'ਤੇ ਮੁੜ ਵਿਚਾਰ ਹੋਣਾ ਚਾਹੀਦਾ ਅਤੇ UCC 'ਤੇ ਵੀ ਸਾਰੇ ਸੂਬਿਆਂ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ। ਅਤੇ ਉੱਧਰ ਨਿਤੀਸ਼ ਕੁਮਾਰ ਨੇ ਕੇਂਦਰ ਤੋਂ 3 ਮੰਤਰਾਲੇ ਮੰਗੇ ਨੇ, ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ। JDU ਦੇ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਨਿਤੀਸ਼ ਕੁਮਾਰ ਨੇ ਕੇਂਦਰ ਤੋਂ 3 ਮੰਤਰਾਲੇ ਮੰਗੇ ਨੇ। ਨਿਤੀਸ਼ ਕੁਮਾਰ ਨੇ ਰੇਲਵੇ ਵਿਭਾਗ, ਖੇਤੀਬਾੜੀ ਵਿਭਾਗ ਅਤੇ ਵਿੱਤ ਵਿਭਾਗ ਮੰਗਿਆ। ਹਾਲਾਂਕਿ ਸੂਤਰਾਂ ਦੇ ਮੁਤਾਬਕ ਨਿਤੀਸ਼ ਕੁਮਾਰ ਚਾਹੁੰਦੇ ਨੇ ਕਿ ਉਹਨਾਂ ਦੇ ਜਿਹੜੇ ਸਾਂਸਦ ਨੇ, 4 ਸਾਂਸਦਾਂ ਦੇ ਮਗਰ ਇੱਕ ਜਿਹੜਾ ਹੈ ਉਹਨਾਂ ਨੂੰ ਵਿਭਾਗ ਦਿੱਤਾ ਜਾਵੇ। ਰੇਲ ਮੰਤਰਾਲਾ ਨਿਤੀਸ਼ ਕੁਮਾਰ ਦੀ ਪਹਿਲੀ ਤਰਜੀਹ ਹੈ ਅਤੇ ਇਸ ਦੇ ਨਾਲ ਹੀ JDS ਨੇ ਵੀ ਖੇਤੀ ਮੰਤਰਾਲੇ ਦੀ ਮੰਗ ਕੀਤੀ ਹੈ। ਤਾਂ ਹੁਣ ਜਦੋਂ ਨਵੀਂ ਸਰਕਾਰ ਦਾ ਗਠਨ ਹੋ ਰਿਹਾ, ਉਸ ਤੋਂ ਪਹਿਲਾਂ ਜਿਹੜੇ ਸਹਿਯੋਗੀ ਦਲ ਨੇ ਆਪੋ ਆਪਣੀਆਂ ਮੰਗਾਂ ਰੱਖ ਰਹੇ ਨੇ, ਚਾਹੇ ਉਹ ਚੰਦਰਬਾਬੂ ਨਾਇਡੂ ਨੇ ਅਤੇ ਚਾਹੇ ਉਹ ਨਿਤੀਸ਼ ਕੁਮਾਰ ਨੇ। ਅਤੇ ਨਿਤੀਸ਼ ਕੁਮਾਰ ਜਿਹੜੇ ਨੇ ਉਹ ਕੇਂਦਰੀ ਕੈਬਨਿਟ ਦੇ ਵਿੱਚ ਜਿਹੜੇ ਵਿਭਾਗ ਨੇ ਉਹਨਾਂ ਦੇ ਵਿੱਚੋਂ 3 ਮੰਤਰਾਲੇ ਮੰਗਣ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਉਸ ਦੇ ਵਿੱਚ ਬੇਹੱਦ ਅਹਿਮ ਵਿਭਾਗ ਨੇ ਰੇਲਵੇ ਵਿਭਾਗ, ਖੇਤੀਬਾੜੀ ਵਿਭਾਗ ਅਤੇ ਵਿੱਤ ਵਿਭਾਗ। ਅਤੇ ਫਾਰਮੂਲਾ ਜਿਹੜਾ ਹੈ ਨਿਤੀਸ਼ ਕੁਮਾਰ ਨੇ ਉਹ ਇਹੀ ਦਿੱਤਾ ਹੈ ਕਿ 4 ਸਾਂਸਦਾਂ ਦੇ ਮਗਰ ਉਹਨਾਂ ਨੂੰ 1 ਮੰਤਰਾਲਾ ਦਿੱਤਾ ਜਾਵੇ। ਹਾਲਾਂਕਿ ਇਸ 'ਤੇ BJP ਕੀ ਫੈਸਲਾ ਲੈਂਦੀ ਹੈ, ਕਿ ਉਹਨਾਂ ਨੂੰ 3 ਵਿਭਾਗ ਦਿੱਤੇ ਜਾਣਗੇ ਜਾਂ ਨਹੀਂ, ਇਹ ਦੱਸਣਾ ਦਿਲਚਸਪ ਹੋਏਗਾ ਇਹ ਦੇਖਣਾ। ਪਰ ਜਿਸ ਢੰਗ ਦੇ ਨਾਲ ਨਿਤੀਸ਼ ਕੁਮਾਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ 3 ਵਿਭਾਗ ਮੰਗ ਰਹੇ ਨੇ, ਰੇਲਵੇ, ਖੇਤੀਬਾੜੀ ਅਤੇ ਵਿੱਤ ਵਿਭਾਗ। ਅਤੇ ਉੱਧਰ ਸ਼ਿਵ ਸੈਨਾ ਸ਼ਿੰਦੇ ਗੁੱਟ ਨੇ ਵੀ ਮੰਤਰਾਲੇ ਮੰਗੇ ਨੇ। ਸ਼ਿੰਦੇ ਗੁੱਟ ਨੇ ਸਰਕਾਰ ਤੋਂ 2 ਵਿਭਾਗ ਮੰਗੇ ਨੇ। ਸ਼ਿੰਦੇ ਗੁੱਟ ਦੀ ਨਵੀਂ ਸਰਕਾਰ 'ਚ 2 ਮੰਤਰਾਲਿਆਂ ਦੀ ਡਿਮਾਂਡ ਹੈ। ਤਾਂ ਦੱਸ ਦਈਏ ਕਿ ਇਸ ਵਾਰ ਰਲੀ ਮਿਲੀ ਸਰਕਾਰ ਹੈ ਅਤੇ ਚੁਣੌਤੀਆਂ ਹਜ਼ਾਰ ਨੇ। ਦੱਸ ਦਈਏ ਕਿ BJP 3ੀ ਵਾਰ ਲਗਾਤਾਰ ਹੈਟ੍ਰਿਕ ਲਾ ਰਹੀ ਹੈ, ਤਾਂ ਇਸ ਦੇ ਵਿਚਾਲੇ ਡਿਮਾਂਡ ਜਿਹੜੀ ਹੈ ਸਹਿਯੋਗੀ ਦਲਾਂ ਦੀ ਉਹ ਵੀ ਵੱਧਦੀ ਜਾ ਰਹੀ ਹੈ। ਤਾਂ ਜਿੱਥੇ ਨਿਤੀਸ਼ ਕੁਮਾਰ ਵਿਭਾਗ ਮੰਗ ਰਹੇ ਨੇ, ਉੱਥੇ ਹੁਣ ਜਿਹੜਾ ਸ਼ਿੰਦੇ ਗੁੱਟ ਹੈ, ਦੱਸ ਦਈਏ ਕਿ ਸ਼ਿਵ ਸੈਨਾ ਦਾ ਸ਼ਿੰਦੇ ਗੁੱਟ ਹੈ, ਉਹ ਵੀ 2 ਵਿਭਾਗ ਮੰਗ ਰਿਹਾ ਹੈ। ਸ਼ਿੰਦੇ ਗੁੱਟ ਦੀ ਨਵੀਂ ਸਰਕਾਰ 'ਚ 2 ਮੰਤਰਾਲਿਆਂ ਦੀ ਡਿਮਾਂਡ ਸਾਹਮਣੇ ਆਈ ਹੈ। ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ।
ਸ਼ਿਵ ਸੈਨਾ ਗੁੱਟ ਵੀ ਦੋ ਵਿਭਾਗ ਮੰਗ ਰਹੀ ਹੈ। ਬੀਜੇਪੀ ਦੇ ਸਾਹਮਣੇ ਚੁਣੌਤੀਆਂ ਨੇ ਕਿ ਆਖਿਰ ਕਿਸ ਪਾਰਟੀ ਨੂੰ ਕਿੰਨੇ ਵਿਭਾਗ ਦਿੱਤੇ ਜਾਣਗੇ ਅਤੇ ਕਿਹੜੇ ਕਿਹੜੇ ਅਹਿਮ ਵਿਭਾਗ ਦਿੱਤੇ ਜਾਣਗੇ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਹੈ। ਕਿ ਸਾਹਿਬ ਜੇਡੀਯੂ ਨੇ ਕਿਸੇ ਮੰਤਰਾਲੇ ਕੀ ਮੰਗ ਕੀ ਹੈ, ਚਾਹੇ ਉਹ ਵਿੱਤ ਹੋ, ਰੇਲਵੇ ਹੋ ਜਾਂ ਕੋਈ ਵੀ ਮੰਤਰਾਲੇ, ਕਿਉਂਕਿ ਸਰਕਾਰ ਕਾ ਗਠਨ ਹੋਣੇ ਵਾਲਾ ਹੈ। ਪ੍ਰਚਾਰ ਗਲਤ ਹੈ, ਲੇਕਿਨ ਜਬ ਹਮ ਐਨਡੀਏ ਕਾ ਹਿੱਸਾ ਹੈ ਤੋ ਕੁਛ ਮੰਤਰੀ ਪਦ ਹਮਾਰੇ ਹਿੱਸੇ ਮੇਂ ਆਏਂਗੇ। ਯੇ ਪ੍ਰਧਾਨ ਮੰਤਰੀ ਔਰ ਨਿਤੀਸ਼ ਕੁਮਾਰ ਜੀ ਕੇ ਬੀਚ ਮੇਂ ਹੈ, ਨਾ ਕੋਈ ਬਾਰਗੇਨਿੰਗ ਹੈ, ਨਾ ਕੋਈ ਡਿਮਾਂਡ ਹੈ, ਨਾ ਕੋਈ ਨਾਰਾਜ਼ਗੀ ਹੈ। ਹਾਂ, ਵਿਸ਼ੇਸ਼ ਰਾਜ ਕਾ ਦਰਜਾ ਬਿਹਾਰ ਕੋ ਮਿਲੇ, ਯੇ ਹਮਾਰੀ ਇੱਛਾ ਜ਼ਰੂਰ। दो महत्वपूर्ण विषय है, वन नेशन वन इलेक्शन और यूसीसी पर जेडीयू का क्या मत होगा, क्योंकि वन नेशन वन इलेक्शन पर हम सरकार का समर्थन कर चुके हैं। यूसीसी पेचीदा विषय है, सभी को साथ लेकर, सभी को विश्वास में लेकर, सभी से चर्चा करके इस विषय को तलाश करना चाहिए। अपने भी मंत्रालय मंगे ने ते इस दे नाल ही ਜੇਡੀਯੂ ਦੇ ਵੱਲੋਂ ਵੀ ਮੰਤਰਾਲੇ ਮੰਗੇ ਜਾ ਰਹੇ ਨੇ। ਹਾਲਾਂਕਿ ਜੇਡੀਯੂ ਦੇ ਜਿਹੜੇ ਵੱਡੇ ਆਗੂ ਨੇ ਕੇਸੀ ਤਿਆਗੀ, ਉਹਨਾਂ ਨੇ ਸਪਸ਼ਟ ਕੀਤਾ ਹੈ। ਤਾਂ ਦੂਜੇ ਪਾਸੇ ਸ਼ਿਵ ਸੈਨਾ ਸ਼ਿੰਦੇ ਗੁੱਟ ਦੇ ਵੱਲੋਂ ਮੰਤਰਾਲੇ ਮੰਗੇ ਜਾ ਰਹੇ ਨੇ। ਸੂਤਰਾਂ ਦੇ ਹਵਾਲੇ ਤੋਂ ਖਬਰ ਇਹ ਆ ਰਹੀ ਹੈ ਕਿ ਦੋ ਵਿਭਾਗ ਸ਼ਿੰਦੇ ਗੁੱਟ ਦੇ ਵੱਲੋਂ ਮੰਗੇ ਜਾ ਰਹੇ ਨੇ। ਹਾਲਾਂਕਿ ਕਿਹੜੇ ਵਿਭਾਗ ਉਹ ਹੋਣਗੇ ਇਹ ਦੇਖਣਾ ਹੋਏਗਾ। ਅਤੇ ਬੀਜੇਪੀ ਅੱਗੇ ਇਹੀ ਚੁਣੌਤੀ ਹੈ ਕਿ ਕਿਸ ਕਿਸ ਪਾਰਟੀ ਨੂੰ ਕਿਹੜੇ ਵਿਭਾਗ ਦਿੱਤੇ ਜਾ ਸਕਦੇ ਨੇ। ਜੇਕਰ ਤੇਲਗੂ ਦੇਸਮ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲੇ 18 ਸੰਸਦ ਨੇ ਅਤੇ ਜੇਡੀਯੂ ਦੇ ਕੋਲੇ 12 ਸੰਸਦ ਨੇ। ਹਾਲਾਂਕਿ ਸ਼ਿੰਦੇ ਗੁੱਟ ਦੇ ਵੱਲੋਂ ਵੀ ਦੋ ਮੰਤਰਾਲਿਆਂ ਦੀ ਡਿਮਾਂਡ ਜਿਹੜੀ ਆ ਉਹ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਰੱਖੀ ਗਈ ਹੈ। ਤਾਂ ਇਸ ਦੇ ਵਿਚਾਲੇ ਨਵੀਂ ਸਰਕਾਰ ਨੂੰ ਲੈ ਕੇ ਜੇਡੀਐਸ ਨੇ ਵੀ ਕੇਂਦਰ ਦੇ ਵਿੱਚ ਦੋ ਮੰਤਰਾਲਿਆਂ ਦੀ ਮੰਗ ਕਰ ਦਿੱਤੀ ਹੈ। ਦੱਸ ਦਈਏ ਕਿ ਜੇਡੀਐਸ ਨੇ ਵੀ ਖੇਤੀ ਅਤੇ ਸਿਹਤ ਮੰਤਰਾਲਾ ਮੰਗਿਆ ਹੈ। ਕੁਮਾਰ ਸਵਾਮੀ ਦੇ ਬੇਟੇ ਅਤੇ ਜਵਾਈ ਲਈ ਇਹ ਮੰਤਰਾਲਿਆ ਗਿਆ ਹੈ ਅਤੇ ਬੇਟੇ ਲਈ ਖੇਤੀ ਵਿਭਾਗ ਦੀ ਡਿਮਾਂਡ ਕੀਤੀ ਗਈ ਹੈ। ਤਾਂ ਜਨਤਾ ਦਲ ਸੈਕੂਲਰ ਦੇ ਵੱਲੋਂ ਵੀ ਇਹ ਡਿਮਾਂਡ ਜਿਹੜੀ ਆ ਉਹ ਰੱਖੀ ਗਈ ਹੈ। ਦੱਸ ਦਈਏ ਕਿ ਚਾਹੇ ਜਨਤਾ ਦਲ ਯੂਨਾਈਟਡ ਹੋਵੇ ਜਾਂ ਫਿਰ ਤੇਲਗੂ ਦੇਸਮ ਪਾਰਟੀ ਹੋਵੇ ਜਾਂ ਜਨਤਾ ਦਲ ਸੈਕੂਲਰ ਹੋਵੇ, ਹਾਲਾਂਕਿ ਜਨਤਾ ਦਲ ਸੈਕੂਲਰ ਕੋਲ ਦੋ ਸੀਟਾਂ ਨੇ, ਤਾਂ ਇਹ ਜਿਹੜੀ ਡਿਮਾਂਡਸ ਨੇ ਇਹ ਵੱਖ ਵੱਖ ਜਿਹੜੀਆਂ ਸਹਿਯੋਗੀ ਦਲ ਨੇ ਐਨਡੀਏ ਦੇ ਉਹਨਾਂ ਦੇ ਵੱਲੋਂ ਰੱਖੀਆਂ ਜਾ ਰਹੀਆਂ ਨੇ, ਕਿਉਂਕਿ ਜਿਹੜੇ ਸਹਿਯੋਗੀ ਦਲ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਵੇਲੇ ਜਿਹੜੀ ਐਨਡੀਏ ਦਾ ਸਰਕਾਰ ਦਾ ਗਠਨ ਹੋਣਾ ਹੈ ਉਹ ਜਿਹੜੇ ਛੋਟੇ ਛੋਟੇ ਦਲ ਨੇ ਉਹਨਾਂ ਦੀ ਹਮਾਇਤ ਦੇ ਨਾਲ ਹੀ ਹੋਣਾ ਹੈ। ਅਤੇ ਉੱਧਰ ਐਨਡੀਏ ਦੀ ਨਵੀਂ ਸਰਕਾਰ 'ਚ ਰਾਮਦਾਸ ਅਠਾਵਲੇ ਦੀ ਵੀ ਡਿਮਾਂਡ ਸਾਹਮਣੇ ਆਈ ਹੈ। ਰਾਮਦਾਸ ਅਠਾਵਲੇ ਨੇ ਕੇਂਦਰੀ ਮੰਤਰੀ ਦੇ ਅਹੁਦੇ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਆਰਪੀਆਈ ਨੂੰ ਕੈਬਨਿਟ ਦੇ ਵਿੱਚ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਲੋਕ ਸਭਾ ਚੋਣਾਂ 'ਚ ਅਸੀਂ ਬਹੁਤ ਤਿਆਗ ਕੀਤਾ ਹੈ। ਉਹਨਾਂ ਕਿਹਾ ਕਿ ਐਨਡੀਏ ਦੇ ਸਮਰਥਨ 'ਚ ਦੇਸ਼ ਭਰ 'ਚ 20 ਸੂਬਿਆਂ 'ਚ ਅਸੀਂ ਗਏ ਹਾਂ, ਵਰਕਰਾਂ ਨੂੰ ਐਨਡੀਏ ਨੂੰ ਸਮਰਥਨ ਦੇਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਹਾਲੇ ਮੋਦੀ ਸਰਕਾਰ 'ਚ ਮੰਤਰੀ ਹਨ ਰਾਮਦਾਸ ਅਠਾਵਲੇ। ਇਹ ਵੀ ਦੱਸ ਦਈਏ ਕਿ ਅਠਾਵਲੇ ਦੀ ਪਾਰਟੀ ਆਰਪੀਆਈ ਦਾ ਕੋਈ ਵੀ ਲੋਕ ਸਭਾ 'ਚ ਸਾਂਸਦ ਨਹੀਂ ਹੈ ਅਤੇ ਪਾਰਟੀ ਨੇ ਲੋਕ ਸਭਾ ਚੋਣਾਂ ਲੜੀਆਂ ਹੀ ਨਹੀਂ ਨੇ। ਅਠਾਵਲੇ ਆਪਣੀ ਪਾਰਟੀ ਦੇ ਇਕਲੌਤੇ ਰਾਜ ਸਭਾ ਸਾਂਸਦ ਨੇ ਅਤੇ ਹੁਣ ਉਹ ਵੀ ਕੇਂਦਰੀ ਕੈਬਨਿਟ ਦੇ ਵਿੱਚ ਆਪਣੀ ਜਗ੍ਹਾ ਮੰਗ ਰਹੇ ਨੇ। ਉਹਨਾਂ ਕਿਹਾ ਕਿ ਆਰਪੀਆਈ ਨੂੰ ਵੀ ਕੇਂਦਰੀ ਕੈਬਨਿਟ ਦੇ ਵਿੱਚ ਜਗ੍ਹਾ ਮਿਲਣੀ ਚਾਹੀਦੀ ਆ। ਹਾਲਾਂਕਿ ਉਹਨਾਂ ਕੋਲ ਇੱਕ ਵੀ ਸਾਂਸਦ ਨਹੀਂ ਹੈ ਅਤੇ ਉਹ ਆਪਣੀ ਪਾਰਟੀ ਦੇ ਇਕਲੌਤੇ ਰਾਜ ਸਭਾ ਸਾਂਸਦ ਨੇ। ਤਾਂ ਡਿਮਾਂਡਸ ਜਿਹੜੀਆਂ ਨੇ ਸਹਿਯੋਗੀ ਦਲਾਂ ਦੀਆਂ ਉਹ ਵੱਧਦੀਆਂ ਜਾ ਰਹੀਆਂ ਨੇ।
क्या मानते हैं कि कैबिनेट में हिस्सेदार होगी इस बार में? हाँ, तो मतलब रिपब्लिकन पार्टी को कैबिनेट में हिस्सा मिलना चाहिए। जिस तरह मैंने एक सीट मांगी थी शिरडी की, लेकिन वो भी सीट मुझे नहीं मिली थी। मेरी राज्यसभा 2020 तक है, तो मेरी राज्यसभा तो ऑटोमेटिकली कंटिन्यू हो जाएगी, लेकिन मंत्रिमंडल में जरूर हमको स्थान मिलेगा। लेकिन हमारे समाज की मांग ये है कि बाबा साहब अम्बेडकर जी के बाद RPI को पहली बार मंत्रिपद मिला था, लेकिन वो राज्य मंत्री पद मिला था। हाँ। और मैंने इतना इलेक्शन में सैक्रिफाइस किया है, मोदी साहब की सभी सभाएं मैंने अटेंड की है, महाराष्ट्र में हर जगह पर मैं जाकर आया हूँ, और पूरे देश भर के कम से कम 20 राज्यों में मैं जाकर आया हूँ, और वहाँ के मेरे कार्यकर्ताओं को मैंने NDA को सपोर्ट करने के लिए बोलकर मैं उधर आया था। इसीलिए इस वक्त मेरी मांग है कि हमको कैबिनेट मंत्री पद मिलना चाहिए। मुझे, मैं 8 साल से मैं राज्य मंत्री हूँ। दस दिए कि डिमांड्स जिहड़ियां ने वह सहयोगी दलों दीआं वधदीआं जा रहीआं ने, पर दूजे पासे इसे ते मंथन दे लई BJP प्रधान JP नड्डा दे घर वड्डी बैठक हो रही है। अमित शाह, राजनाथ सिंह समेत BJP दे कई वड्डे लीडर शामिल ने। BJP ने सरकार बनाने लई 3 लीडरां नूं जिम्मेवारी दित्ती है, जिस दे विच अमित शाह, JP नड्डा ते राजनाथ सिंह शामिल ने। इन्हां नूं जिम्मा दित्ता गया है ते NDA दे सारे दलों दे नाल गल करन दी जिम्मेवारी दित्ती गई है। दस दिए कि NDA दे सारे दलों दे नाल इह 3 आगू गलबात करनगे, जिस दे विच अमित शाह, JP नड्डा, राजनाथ सिंह शामिल ने। तिन्ने ही पार्टी दे वड्डे आगूआं दे विच शुमार ने। ते दस दिए कि कौमी प्रधान ने JP नड्डा, उन्हां दे घर इह बैठक हो रही है, जिस दे विच अमित शाह, राजनाथ सिंह समेत BJP दे कई वड्डे लीडर शामिल ने। दरअसल हुण सरकार दे गठन नूं लै के जिहड़ी सहयोगी दलों दे नाल गलबात करनी है, ते उन्हां दी जिहड़ी डिमांड्स ने उस नूं किवें पूरा करना है, किवें उन्हां नूं सैटिस्फाई करना है, ते किवें उन्हां नूं नाल लै के चलिया जाएगा, ये जिम्मेवारी जिहड़ी है ये 3 वड्डे आगूआं ते अमित शाह, JP नड्डा ते राजनाथ सिंह ते रहेगी। उधर इंडिया अलायंस के वालों अखिलेश यादव ने सरकार बनाने के सवाल से जवाब दिता है। उन्होंने कहा कि लोकतंत्र च आस उम्मीद खत्म नहीं होनी चाहिए। उन्होंने कहा कि आस और उम्मीद हमेशा बनी रहनी चाहिए। अखिलेश यादव के वालों यह बयान दिता गया और नाल ही उन्होंने मांग की है कि अग्निवीर योजना तुरंत खत्म होनी चाहिए है, तो सरकार को अपनी गलती भी मान लेनी चाहिए है। फौज च जाण दे चाहवानां नूं उम्र हद च छोट भी देनी चाहिए है। तो अखिलेश यादव ने मुड़ तो यह बयान दिता है। उन्होंने कहा है कि लोकतंत्र दे विच हमेशा आस उम्मीद जिहड़ी है वो रहनी चाहिए है, कदे आस उम्मीद खत्म नहीं होनी चाहिए। दस दिए कि कांग्रेस तो बाद इंडिया अलायंस दे विच सब तो वड्डी पार्टी वजो उभरी है समाजवादी पार्टी। अखिलेश यादव उसके मुखी ने, उन्होंने वालों यह बयान दिता गया है। लोकतंत्र में और गिनती जब होती है तो आस उम्मीद कभी खत्म नहीं होनी चाहिए। आस हमेशा बनी रहनी चाहिए, उम्मीद हमेशा रहनी चाहिए। मैं समझता हूँ अग्निवीर व्यवस्था तुरंत खत्म होनी चाहिए। सरकार को स्वीकार करना चाहिए कि उनकी गलती है कि उन्हें अग्निवीर जैसी व्यवस्था नहीं लानी चाहिए, और न केवल अग्निवीर व्यवस्था खत्म होनी चाहिए बल्कि बहुत से नौजवान जिनको रोजगार नहीं मिल पाया, फौज में जाना चाहते थे, उन्हें उम्र की छूट भी देनी चाहिए।
ਅਖਿਲੇਸ਼ ਯਾਦਵ ਨੇ ਅਗਨੀਵੀਰ ਯੋਜਨਾ ਤੁਰੰਤ ਖਤਮ ਕਰਨ ਦੀ ਮੰਗ ਕੀਤੀ, ਨਾਲ ਹੀ ਉਹਨਾਂ ਕਿਹਾ ਕਿ ਲੋਕਤੰਤਰ ਦੇ ਵਿੱਚ ਆਸ ਉਮੀਦ ਕਾਇਮ ਰਹਿਣੀ ਚਾਹੀਦੀ ਹੈ। ਪਰ ਦੂਜੇ ਪਾਸੇ ਸ਼ਿਵ ਸੈਨਾ ਉਧਵ ਦੇ ਲੀਡਰ ਸੰਜੇ ਰਾਊਤ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਉਹ ਵਾਰ ਵਾਰ ਕਹਿ ਰਹੇ ਨੇ ਕਿ ਮੋਦੀ ਜੀ ਦੀ ਸਰਕਾਰ ਨਹੀਂ ਬਣੇਗੀ, ਜੇ ਸਰਕਾਰ ਬਣ ਵੀ ਗਈ ਤਾਂ ਨਹੀਂ ਚੱਲੇਗੀ। ਤਾਂ ਸੰਜੇ ਰਾਊਤ ਦੀ ਇਹ ਸਟੇਟਮੈਂਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਾਂ ਤਾਂ ਮੋਦੀ ਜੀ ਦੀ ਸਰਕਾਰ ਨਹੀਂ ਬਣੇਗੀ ਤੇ ਜੇ ਬਣ ਵੀ ਗਈ ਤਾਂ ਬਹੁਤਾ ਦੇਰ ਨਹੀਂ ਚੱਲੇਗੀ। ਦਰਅਸਲ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹ ਲਗਾਤਾਰ ਇਸੇ ਤੇ ਸਵਾਲ ਚੁੱਕ ਰਹੇ ਨੇ ਕਿ ਜੇਕਰ ਸਰਕਾਰ ਬਣੇਗੀ ਤਾਂ ਚੱਲੇਗੀ ਨਹੀਂ, ਕਿਉਂਕਿ ਇਹ ਸਹਾਰਿਆਂ ਵਾਲੀ ਸਰਕਾਰ ਹੋਏਗੀ ਜਿਸ ਦੇ ਵਿੱਚ ਕਿਸੇ ਵੇਲੇ ਵੀ ਜਿਹੜੀ ਹਮਾਇਤ ਹੈ ਉਹ ਵਾਪਸ ਲਈ ਜਾ ਸਕਦੀ ਹੈ। ਤਾਂ ਸ਼ਿਵ ਸੈਨਾ ਉਧਵ ਦੇ ਲੀਡਰ ਸੰਜੇ ਰਾਊਤ ਦਾ ਇਹ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਮੈਂ ਵਾਰ ਵਾਰ ਕਹਿ ਰਿਹਾ ਮੋਦੀ ਜੀ ਦੀ ਸਰਕਾਰ ਨਹੀਂ ਬਣ ਸਕਦੀ, ਜੇਕਰ ਬਣ ਵੀ ਗਈ ਤਾਂ ਜ਼ਿਆਦਾ ਦੇਰ ਚੱਲੇਗੀ ਨਹੀਂ, ਟਿੱਕੇਗੀ ਨਹੀਂ ਸਰਕਾਰ। उनको कोशिश करने दो, डेमोक्रेसी है, बड़ी पार्टी है, उनको हक और उनका अधिकार है, डेमोक्रेसी मानने वाले हम लोग हैं, तो उनको कोशिश करनी चाहिए। पहल मतलब उनको पहले कोशिश करने देंगे, इसके बाद हम देख रहे हैं। लोकतंत्र में देखना भी जरूरी होता है ना, कौन क्या कर रहा है। अच्छा, तो हम देखेंगे ना, बना दो, बनाने की कोशिश करते हैं तो करने दो। अच्छा, मोदी जी को इस प्रकार की सरकार चलाने का कोई अनुभव नहीं है, गठबंधन वाली सरकार। मोदी तो अपने आप एक खुद को शहनशाह मानते हैं, अपना ही दरबार लगाते हैं, तो कैबिनेट मतलब आप मानते हैं कि अगर गठबंधन की सरकार चलाने का अनुभव नहीं है क्योंकि फुल मेजोरिटी में रहे हैं, तो उस तरीके से देश में अराजकता फैलेगी। अच्छा, अराजकता किस तरीके से? अरे सरकार नहीं चला पाएंगे। संजय राउत का कहना है कि गठबंधन सरकार नहीं चला सकेंगे प्रधानमंत्री नरेंद्र मोदी। उधर दूजे पासे राहुल गांधी नू विरोधी धिर दा लीडर बनाने की मांग भी तेज हो गई है। कांग्रेस के कई वड्डे लीडरां दे वल्लों हाईकमान तो यह मांग की जा रही है कि लोक सभा दे विच राहुल गांधी नू विरोधी धिर दा लीडर बनाया जाए। दस दिए कि जल्दी ही कांग्रेसी संसदीय दल की इस ते बैठक होगी, बैठक दे विच लोक सभा च कांग्रेस का लीडर भी तय किया जाएगा। ਤਾਂ ਮੰਗ ਜਿਹੜੀ ਹੈ ਉਹ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਜਾਵੇ ਲੋਕ ਸਭਾ ਦੇ ਵਿੱਚ। ਦੱਸ ਦਈਏ ਕਿ ਹੁਣ ਇਸ ਵੇਲੇ ਕੌਮੀ ਪ੍ਰਧਾਨ ਜਿਹੜੇ ਨੇ ਉਹ ਖੜਗੇ ਨੇ, ਅਤੇ ਉਹਨਾਂ ਦੇ ਵੱਲੋਂ ਜਿਹੜੀ ਕੱਲ੍ਹ ਬੀਤੇ ਕੱਲ੍ਹ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਬਾਅਦ ਦੇ ਵਿੱਚ ਇੰਡੀਆ ਅਲਾਇੰਸ ਦੇ ਵੱਲੋਂ ਕਿ ਹਾਲੇ ਅਸੀਂ ਸਰਕਾਰ ਬਣਾਉਣੀਆਂ ਕੋਸ਼ਿਸ਼ਾਂ ਨਹੀਂ ਕਰਾਂਗੇ, ਅਪੋਜੀਸ਼ਨ 'ਚ ਬੈਠਾਂਗੇ। ਜਿਸ ਤੋਂ ਬਾਅਦ ਹੁਣ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਉਣ ਦੀ ਮੰਗ ਜਿਹੜੀ ਉਹ ਤੇਜ਼ ਹੋ ਗਈ ਹੈ, ਅਤੇ ਕਈ ਕਾਂਗਰਸੀ ਲੀਡਰ ਹਾਈਕਮਾਨ ਤੋਂ ਇਹ ਮੰਗ ਕਰ ਰਹੇ ਨੇ।